ਉਹ ਸਕੂਲ ਅੱਜ ਅਸਤਿਤਵ ਵਿੱਚ ਨਹੀਂ ਹੈਗਾ, ਉਹਨੂੰ ਇੱਕ ਪੀਜੀ ਬਣਾ ਦਿੱਤਾ ਗਿਆ। ਪਰ ਮੈਨੂੰ ਵੀ ਬੜਾ ਸ਼ੌਕ ਪਹੁੰਚਿਆ ਕਿ ਜਦੋਂ ਮੈਂ ਉੱਥੋਂ ਨਿਕਲਿਆ ਤੇ ਕੱਲਾ ਕਹਿੰਦੇ ਬੋਰਡ ਬੋਰਡ ਹੀ ਲੱਗਿਆ ਤੇ ਹੁਣ ਅੰਦਰ ਸਕੂਲ ਹੈ ਨਹੀਂ। ਪਰ ਥੋੜ੍ਹਾ ਥੋੜ੍ਹਾ ਪਹਿਲਾਂ ਪਤਾ ਲੱਗਿਆ ਸੀ ਕਿ ਮੈਨੇਜਮੈਂਟ ਸਾਰੀ ਬਦਲਣ ਦੇ ਬਾਅਦ ਹੁਣ ਸਕੂਲ ਦੇ ਹਾਲਾਤ ਡਿਫਰੈਂਟ ਹੋ ਗਏ ਆ। ਸੁਨੀਲ ਮੜੀਆ, ਹਾਂਜੀ ਸੁਨੀਲ ਮੜੀਆ, ਆਪਣੇ ਕਚੂਰੂ ਨਗਰ ਵਾਲਾ ਹੈਗਾ। ਇਹ ਨਿਊ ਹਾਈ ਸਕੂਲ ਤਾਂ ਹੁਣ ਸਕੂਲ ਰਿਹਾ ਹੀ ਨਹੀਂ, ਹੁਣ ਉੱਥੇ ਕੋਈ ਪੀ ਜੀ ਹੈ ਜਾਂ ਕਿਤੇ ਕੋਈ ਸਰਾਭਾ ਨਗਰ ਵਾਲੀ ਪ੍ਰੋਪਰਟੀ ਰੈਂਟ ਕਰ ਦਿੱਤੀ ਹੈ। ਅਤੇ ਕੀ ਇਹ ਸਕੂਲ ਫਾਈਨੈਂਸ਼ਲੀ ਇੰਨਾ ਸਾਊਂਡ ਨਹੀਂ ਸੀ? ਕਿੱਦਾਂ ਦਾ ਸਕੂਲ ਸੀ ਇਹਦੇ? ਸਾਡਾ ਸਕੂਲ ਜਿਹੜਾ ਇੰਨਾ ਵਧੀਆ ਚੱਲਦਾ ਹੁੰਦਾ ਸਰ, ਜਿਹਦਾ ਇੰਨਾ ਵਧੀਆ ਨਾਂ ਸੀਗਾ, ਉਹ ਅੱਜ ਉਹ ਬੰਦ ਹੋ ਗਿਆ। ਔਰ ਜਿੱਥੋਂ ਦਾ ਜਿੱਥੋਂ ਜਦੋਂ ਵੀ ਇੱਕ ਸਕੂਲ ਦੀ ਸੀ ਜਾਂ ਕੋਈ ਨਵੀਂ ਬਿਲਡਿੰਗ ਹੈ ਜਾਂ ਐਕਸਪੈਂਸ਼ਨ ਕਰਨੀ ਹੈ ਅਤੇ ਕਦੀ ਸਕੂਲ ਨੂੰ ਕੋਈ ਪ੍ਰੋਬਲਮ ਅੱਜ ਤੱਕ ਤਾਂ ਅਸੀਂ ਸੁਣੀ ਨਹੀਂ। ਇਨਫੈਕਟ ਇਸ ਸਕੂਲ ਦੀ ਇੱਕ ਹੋਰ ਬੜੀ ਅੱਛੀ ਸ਼ਾਨ ਸੀ ਕਿ ਕਈ ਬੱਚੇ ਜਿਹੜੀ 8ਵੀਂ ਕਲਾਸ ਤੋਂ ਬਾਅਦ ਕੌਨਵੈਂਟ ਸਕੂਲ ਵਗੈਰਾ ਤੋਂ ਵੀ ਹੀ ਬੱਚਿਆਂ ਦੇ ਪੇਰੈਂਟਸ ਪ੍ਰੈਫਰ ਕਰਕੇ ਲਾਸਟ ਦੇ 2 ਸਾਲ ਨਿਊ ਹਾਈ ਸਕੂਲ 'ਚ ਹੀ ਲਗਵਾਉਂਦੇ ਸੀ। ਇੰਡੀਆ ਦੇ ਵਿੱਚ ਟੋਪ 10 ਕਾਰਪੋਰੇਟਸ ਦੇ ਵਿੱਚ ਮਿਸਟਰ ਮਿੱਤਲ ਆਲ ਬ੍ਰਦਰਸ ਹੈਵ ਬੀਨ ਸਟੱਡੀਡ ਫਰੋਮ ਦੈਟ ਸਕੂਲ। ਤੁਹਾਡੇ ਫਾਦਰ ਸਾਹਿਬ ਉਹਦੇ ਮੈਂਬਰ ਰਹੇ, ਤੇ ਸਾਨੂੰ ਦੱਸੋਗੇ ਕਿ ਹੋਰ ਕੌਣ ਕੌਣ ਮੈਂਬਰ ਰਹੇ? ਇਸ ਸਕੂਲ ਦੀ ਤੁਸੀਂ ਪੁਰਾਣੀ ਹਿਸਟਰੀ ਦੇਖੋ, ਐਜੂਕੇਸ਼ਨ ਇਹਦੀ ਇੰਨੀ ਅੱਛੀ ਸੀ, ਇੱਥੇ ਦੇ ਪੜ੍ਹੇ ਦੇਖੋ ਕੋਈ ਮਿਨਿਸਟਰੀਆਂ 'ਚ ਹੈ, ਕੋਈ ਫੋਰਨ 'ਚ ਹੈ, ਕੋਈ ਬਹੁਤ ਵੱਡੇ ਵੱਡੇ ਕਾਰਪੋਰੇਟਸ ਹੈ। 2000 ਕਰੋੜ ਤੋਂ ਉੱਪਰ ਸਕੈਮ ਕਰਕੇ ਜਨ ਹਿਤੈਸ਼ੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜਨ ਜਨ ਕੀ ਬਾਤ ਜਨ ਹਿਤੈਸ਼ੀ ਕੇ ਸਾਥ। ਦੋਸਤੋ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ ਅਤੇ ਮਾਮਲਾ ਹੈਗਾ ਸਕੂਲ ਦਾ, ਜੀ ਹਾਂ ਸ਼ਿਕਸ਼ਾ ਸੰਸਥਾਨ ਦਾ, ਜਿਹੜਾ ਕਿ ਲੁਧਿਆਣਾ ਸ਼ਹਿਰ ਦੀ ਧਰੋਹਰ ਹੈ। ਗੱਲ ਕਰੀਏ ਜੇ ਨਿਊ ਹਾਈ ਸਕੂਲ ਦੀ ਗੱਲ ਕਰ ਰਹੇ ਹਾਂ, ਲੁਧਿਆਣਾ ਸ਼ਹਿਰ ਦਾ ਨਿਊ ਹਾਈ ਸਕੂਲ ਜਿਹੜਾ ਕਿ ਇੱਕ ਇਸ ਸ਼ਹਿਰ ਦੀ ਧਰੋਹਰ ਹੈ, ਜਿਹਨੇ ਲੱਖਾਂ ਕਰੋੜਾਂ ਜਿਹੜੇ ਬੱਚੇ ਹੈਗੇ ਆ ਉਹਨਾਂ ਦੇ ਭਾਗੇ ਨੂੰ ਇੱਕ ਦਿਸ਼ਾ ਦਿੱਤੀ, ਔਰ ਅੱਜ ਉਹ ਬੱਚੇ ਵਰਲਡ ਦੇ ਵਿੱਚ ਆਪਣਾ ਕਿਤੇ ਨਾ ਕਿਤੇ ਆਪਣੇ ਕਸ਼ਮਤਾ ਦੇ ਹਿਸਾਬ ਨਾਲ ਕੰਮ ਕਰ ਰਹੇ ਹੈ, ਦੇਸ਼ ਦੁਨੀਆ ਚਲਾ ਰਹੇ ਹੈ। ਅਤੇ ਗੱਲ ਕਰਾਂਗੇ, ਉਹ ਸਕੂਲ ਅੱਜ ਅਸਤਿਤਵ ਵਿੱਚ ਨਹੀਂ ਹੈਗਾ, ਉਹਨੂੰ ਇੱਕ ਪੀ ਜੀ ਬਣਾ ਦਿੱਤਾ ਗਿਆ, ਜਿਹਦੇ ਕਰਕੇ ਜਿਹੜੇ ਉੱਥੇ ਦੇ ਪੜ੍ਹੇ ਹੋਏ ਸਟੂਡੈਂਟਸ ਹੈ, ਜਦੋਂ ਉਹਨਾਂ ਤੱਕ ਇਹ ਗੱਲ ਪਹੁੰਚੀ ਤਾਂ ਉਹਨਾਂ 'ਚ ਇੱਕ ਅਲੱਗ ਹੀ ਰੋਸ਼ ਜਿਹਾ ਨਜ਼ਰ ਆ ਰਿਹਾ, ਔਰ ਉਹਨਾਂ ਨੂੰ ਇੱਕ ਬੜੀ ਨਾਰਾਜ਼ਗੀ ਹੈ ਸਿਸਟਮ ਦੇ ਨਾਲ ਕਿ ਕਿਉਂ ਸਾਡੇ ਸਕੂਲ ਨਾਲ ਇੱਦਾਂ ਦਾ ਹੋਇਆ। ਅਤੇ ਇਸੇ ਮਾਮਲੇ 'ਚ ਅਸੀਂ ਪਹੁੰਚੇ ਹੈ ਅਸ਼ਵਨੀ ਧਵਨ ਜੀ ਕੋਲ, ਜਿਹੜੇ ਕਿ ਜਿਨ੍ਹਾਂ ਦੇ ਫਾਦਰ ਇਸ ਜਿਹੜੀ ਸੰਸਥਾ ਦੇ ਜਿਹੜੇ ਹੈਗੇ ਆ ਮੈਨੇਜਮੈਂਟ ਦੇ ਵਿੱਚ ਵੀ ਰਹੇ ਹੈ, ਅਤੇ ਇਹ ਖੁਦ ਵੀ ਉੱਥੇ ਦੇ ਬੜੇ ਖੁਦ ਸਟੂਡੈਂਟ ਰਹੇ, ਇਹਨਾਂ ਦਾ ਸਾਰੇ ਪਰਿਵਾਰ ਭੈਣਾਂ ਇਹ ਖੁਦ ਸਾਰੇ ਉੱਥੇ ਪੜ੍ਹੇ, ਅਤੇ ਇਹਨਾਂ ਦਾ ਇੱਕ ਖੁਦ ਦਾ ਬੜਾ ਇੱਕ ਅੱਛਾ ਔਰਾ ਅੱਜ ਦੇ ਟਾਈਮ 'ਚ, ਅਤੇ ਇਹਨਾਂ ਨੂੰ ਪੁੱਛਦੇ ਇਹਨਾਂ ਨੂੰ ਕਿੱਦਾਂ ਮਹਿਸੂਸ ਹੋ ਰਿਹਾ। ਨਮਸਕਾਰ ਸਰ। ਨਮਸਕਾਰ ਜੀ। ਸਰ, ਤੁਹਾਨੂੰ ਪਤਾ ਲੱਗਿਆ ਹੋਏਗਾ ਕਿ ਤੁਹਾਡਾ ਜਿਹੜਾ ਸਕੂਲ ਹੈਗਾ ਨਿਊ ਹਾਈ ਸਕੂਲ ਉਹ ਬੰਦ ਹੋ ਗਿਆ, ਤੁਸੀਂ ਉੱਥੇ ਹੀ ਪੜ੍ਹੇ? ਹਾਂ, ਮੈਂ ਨਿਊ ਹਾਈ ਸਕੂਲ ਦਾ ਹੀ ਪੜ੍ਹਿਆ। ਪਰ ਮੈਨੂੰ ਵੀ ਬੜਾ ਸ਼ੌਕ ਪਹੁੰਚਿਆ ਕਿ ਜਦੋਂ ਮੈਂ ਉੱਥੋਂ ਨਿਕਲਿਆ ਅਤੇ ਇਕੱਲਾ ਕਹਿੰਦੇ ਬੋਰਡ ਬੋਰਡ ਹੀ ਲੱਗਿਆ ਅਤੇ ਹੁਣ ਅੰਦਰ ਸਕੂਲ ਹੈ ਨਹੀਂ। ਰਾਧਰ ਨਿਊ ਹਾਈ ਸਕੂਲ ਦੇ 3 ਬ੍ਰਾਂਚਾਂ ਹੁੰਦੀਆਂ ਸੀ, ਇੱਕ ਮੇਨ ਸਕੂਲ ਜਿੱਥੇ ਅਸੀਂ ਪੜ੍ਹੇ ਹੋਏ ਹਾਂ, ਜਿੱਥੇ ਉਹ ਚਨੇ ਵਾਲਾ ਹੁੰਦਾ ਸੀ, ਉਹਦੇ ਸਾਹਮਣੇ ਇੱਕ ਛੋਟਾ ਹੁੰਦਾ ਜਿਹਨੂੰ ਅਸੀਂ ਪ੍ਰਾਇਮਰੀ ਸੈਕਸ਼ਨ ਕਹਿੰਦੇ ਸੀ। ਪਰ ਸਾਡੀ ਉੱਥੋਂ ਐਜੂਕੇਸ਼ਨ ਪੂਰੀ ਹੋਣ ਤੱਕ ਸਰਾਭਾ ਨਗਰ ਦੇ ਵਿੱਚ ਬਹੁਤ ਵੱਡੀ ਜਗ੍ਹਾ ਜਿਹੜੀ ਲਿੱਤੀ ਸੀ, ਅਤੇ ਉੱਥੇ ਇੰਗਲਿਸ਼ ਮੀਡੀਅਮ ਨਿਊ ਹਾਈ ਸਕੂਲ ਸੀਨੀਅਰ ਸੈਕੰਡਰੀ ਸਕੂਲ ਬਣਾਇਆ ਗਿਆ ਸੀ। ਉਸ ਤੋਂ ਬਾਅਦ ਪਹਿਲਾਂ ਤਾਂ ਅਸੀਂ 2 ਸਾਲ ਬਾਅਦ ਜਿਹੜਾ ਫੰਕਸ਼ਨ ਸਕੂਲ ਵਾਲੇ ਕਰਦੇ ਸੀ ਅਤੇ ਮਿਲਦੇ ਸੀ, ਉਸ ਤੋਂ ਬਾਅਦ ਕੋਈ ਕਿਤੇ ਸੈਟਲ ਹੋ ਗਿਆ, ਕੋਈ ਕਿਤੇ ਸੈਟਲ ਹੋ ਗਿਆ, ਉਹ ਸੈਟਲ ਬਾਅਦ ਇਨ ਟੱਚ ਰਹੇ ਨਹੀਂ ਅਤੇ ਸਕੂਲ ਆਉਣਾ ਜਾਣਾ ਨਹੀਂ ਰਿਹਾ। ਪਰ ਥੋੜ੍ਹਾ ਥੋੜ੍ਹਾ ਪਹਿਲਾਂ ਪਤਾ ਲੱਗਿਆ ਸੀ ਕਿ ਮੈਨੇਜਮੈਂਟ ਸਾਰੀ ਬਦਲਣ ਦੇ ਬਾਅਦ ਹੁਣ ਸਕੂਲ ਦੇ ਹਾਲਾਤ ਡਿਫਰੈਂਟ ਹੋ ਗਏ ਹੈ, ਪਰ ਹੁਣ ਉਨੀ ਸਟਰੈਂਥ ਨਹੀਂ ਹੈ। ਓਕੇ। ਅਤੇ ਉਸ ਤੋਂ ਬਾਅਦ ਫਿਰ ਅਸੀਂ ਇਨ ਟੱਚ ਨਹੀਂ ਰਹੇ, ਪਰ ਹੁਣ ਇਹ ਪਤਾ ਲੱਗਿਆ, ਤੁਹਾਡੇ ਤੋਂ ਪਤਾ ਲੱਗਿਆ ਜਾਂ ਹੋਰ ਸੋਰਸਿਸ ਤੋਂ 3-4 ਦਿਨ ਤੋਂ ਪਤਾ ਲੱਗ ਰਿਹਾ ਕਿ ਨਿਊ ਹਾਈ ਸਕੂਲ ਤਾਂ ਹੁਣ ਸਕੂਲ ਰਿਹਾ ਹੀ ਨਹੀਂ, ਹੁਣ ਉੱਥੇ ਕੋਈ ਪੀ ਜੀ ਹੈ ਜਾਂ ਕਿਤੇ ਕੋਈ ਸਰਾਭਾ ਨਗਰ ਵਾਲੀ ਪ੍ਰੋਪਰਟੀ ਰੈਂਟ ਕਰ ਦਿੱਤੀ ਹੈ, ਅਤੇ ਉਹ ਕੀ ਚੀਜ਼ ਚੱਲ ਰਹੀ ਹੈ ਉੱਥੇ, ਕੌਣ ਹੋ ਰਿਹਾ, ਕਿਹੜੀ ਮੈਨੇਜਮੈਂਟ ਹੈ, ਉਹ ਜਿਹੜਾ ਉਹਦੇ ਨਾਲ ਰੈਂਟ ਆਉਂਦਾ ਹੈ ਜਾਂ ਜਿਹੜੀ ਚੀਜ਼ ਆਉਂਦੀ ਉਹਦੇ ਨਾਲ ਕੀ ਬੈਨੀਫਿਟ ਹੈ। ਸਾਡਾ ਤਾਂ ਅੱਜ ਵੀ ਇਹ ਖਿਆਲ ਹੈ ਕਿ ਸਕੂਲ ਚੱਲਣਾ ਚਾਹੀਦਾ, ਜੇ ਸੇਮ ਸਕੂਲ ਨਹੀਂ ਚੱਲਦਾ ਤਾਂ ਐਟਲੀਸਟ ਉੱਥੇ ਦੇ ਜਿਹੜੇ ਕਲੋਨੀ ਵਾਲੇ ਨੇ ਇੰਨੇ ਦੂਰ ਦੂਰ ਬੱਚੇ ਭੇਜਦੇ, ਕੁਛ ਕਰਦੇ ਆ, ਜਿੱਦਾਂ ਸਾਡੇ ਲੋਕਾਂ ਦੇ ਘਰ ਆ ਉਹਦੇ ਨੇੜੇ ਸੀਗੇ ਅਤੇ ਸਾਨੂੰ ਸਹੂਲਤ ਹੁੰਦੀ, ਮਾਂ ਬਾਪ ਨੂੰ ਬੱਚਿਆਂ ਨੂੰ ਪਹੁੰਚਾਉਣ ਦੀ ਵੀ ਸਹੂਲਤ ਹੁੰਦੀ ਸੀ, ਸਰਦੀਆਂ ਦਾ ਮੌਸਮ ਹੈ ਕੁਛ ਹੈ, ਔਰ ਐਜੂਕੇਸ਼ਨ ਲੈਵਲ ਦਿੱਤੇ ਸੀਗਾ ਅਤੇ ਨਿਊ ਹਾਈ ਸਕੂਲ ਉਸ ਵੇਲੇ ਟੋਪ ਦਾ ਸੀ, ਕਿਉਂਕਿ ਉਸ ਵੇਲੇ ਟੋਪ ਦੇ ਸਕੂਲਾਂ ਦੇ ਵਿੱਚੋਂ ਨਿਊ ਹਾਈ ਸਕੂਲ ਸੀ।
ਕੁੰਦਨ ਵਿੱਦਿਆ ਮੰਦਰ ਸਕੂਲ ਸੀ ਔਰ ਬਾਅਦ 'ਚ ਗੌਰਮੈਂਟ ਸਕੂਲ ਆਇਆ ਸੀ ਅਤੇ ਚੌਥਾ ਸਕੂਲ ਗੌਰਮੈਂਟ ਸਕੂਲ ਗਿਣਿਆ ਜਾਂਦਾ ਸੀ ਜਿਹੜਾ ਸਮਿਟੀ ਰੋਡ ਦੇ ਉੱਤੇ ਹੀ ਹੈ ਮਾਡਲ ਸਕੂਲ ਹਾਂ ਗੌਰਮੈਂਟ ਮਾਡਲ ਸਕੂਲ ਜੀ ਸਰ ਮੈਂ ਇੱਕ ਚੀਜ਼ ਪੁੱਛਣਾ ਚਾਹਾਂਗਾ ਤੁਸੀਂ ਇੰਨਾ ਅੱਛਾ ਦੱਸਿਆ ਜਿਵੇਂ ਉਸ ਟਾਈਮ ਤੁਸੀਂ ਕਿਹਾ ਕਿ ਗਿਣੇ ਚੁਣੇ ਸਕੂਲ ਸੀ ਅਤੇ ਕੀ ਇਹ ਸਕੂਲ ਫਾਈਨੈਂਸ਼ਲੀ ਇੰਨਾ ਸਾਊਂਡ ਨਹੀਂ ਸੀ ਕਿੱਦਾਂ ਦਾ ਸਕੂਲ ਸੀ ਇਹਦੇ 'ਚ ਦੇਖੋ ਸਕੂਲ ਦੇ ਕੋਲ ਕਦੀ ਫਾਈਨੈਂਸ ਦੀ ਪ੍ਰੋਬਲਮ ਤਾਂ ਆਈ ਨਹੀਂ ਸੀ ਓਕੇ ਕਿਉਂਕਿ ਸਕੂਲ ਦੇ ਵਿੱਚ ਕਾਫੀ ਚੰਦਾ ਵੀ ਆਉਂਦਾ ਸੀ ਮੈਨੇਜਮੈਂਟ ਵਾਲੇ ਸਾਰੇ ਸਟਰੋਂਗ ਸੀ ਕਿਉਂਕਿ ਸਾਰੇ ਇੰਡਸਟਰੀਅਲਿਸਟ ਹੀ ਸੀ ਔਰ ਜਿੱਥੋਂ ਨਾ ਜਿੱਥੋਂ ਜਦੋਂ ਵੀ ਇੱਕ ਸਕੂਲ ਦੀ ਸੀ ਜਾਂ ਕੋਈ ਨਵੀਂ ਬਿਲਡਿੰਗ ਹੈ ਜਾਂ ਐਕਸਪੈਂਸ਼ਨ ਕਰਨੀ ਹੈ ਤਾਂ ਕਦੀ ਸਕੂਲ ਨੂੰ ਕੋਈ ਪ੍ਰੋਬਲਮ ਅੱਜ ਤੱਕ ਤਾਂ ਅਸੀਂ ਸੁਣੀ ਨਹੀਂ ਸੀ ਠੀਕ ਹੈ ਕਿਉਂਕਿ ਥੋੜ੍ਹਾ ਇਹ 'ਚ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗਾ ਜਿਵੇਂ ਤੁਸੀਂ ਬੜੀ ਅੱਛੀ ਚੀਜ਼ ਦੱਸੀ ਕਿ ਬੜੇ ਅੱਛੇ ਜਿਹੜੇ ਕਾਰਪੋਰੇਟ ਹਾਊਸਿਸ ਤਕਰੀਬਨ ਚਲਾ ਰਹੇ ਸੀ ਸੋ ਇਹ ਸਕੂਲ ਇੱਕ ਸੁਸਾਇਟੀ ਦਾ ਸਕੂਲ ਸੀ ਜੀ ਆਪਾਂ ਸੁਸਾਇਟੀ ਦਾ ਸਕੂਲ ਸੀ ਫਿਰ ਇੱਥੇ ਬਹੁਤ ਬਹੁਤ ਫੰਕਸ਼ਨ ਹੁੰਦੇ ਸੀ ਐਨੂਅਲ ਫੰਕਸ਼ਨ 'ਚ ਜਿੰਨੇ VIP ਬੁਲਾਏ ਜਾਂਦੇ ਸੀ ਕੋਈ ਨਾ ਕੋਈ ਡਿਗਨਿਟੀ ਹੁੰਦੀ ਸੀ ਜਾਂ ਸੈਲੀਬ੍ਰਿਟੀ ਹੁੰਦੀ ਸੀ ਅਤੇ ਉਹ ਜਦੋਂ ਆਉਂਦੇ ਸੀ ਉਹ ਵੀ ਕੁਛ ਨਾ ਕੁਛ ਆ ਕੇ ਸਕੂਲ ਨੂੰ ਵੀ ਦਿੰਦੇ ਸੀ ਜਾਂ ਕੋਈ ਪ੍ਰੋਬਲਮ ਸਕੂਲ ਦੀ ਹੈ ਫੰਡ ਦਿੱਤੇ ਜਾਂਦੇ ਸੀ ਫੰਡ ਆਉਂਦੇ ਸੀ ਉਹ ਵੀ ਫੰਡ ਇੱਕ ਸਿਸਟਮ ਸੀ ਅਤੇ ਫੰਡ ਮਿਲਦੇ ਸੀ ਅਦਰਵਾਈਜ਼ ਸਕੂਲ ਦੇ ਕੋਲ ਫਾਈਨੈਂਸ਼ਲੀ ਕਦੀ ਪ੍ਰੋਬਲਮ ਨਹੀਂ ਸੀ ਅਤੇ ਉਦੋਂ ਸਕੂਲ ਦੀ ਸਟਰੈਂਥ ਟੈਂਟੇਟਿਵਲੀ ਕਿੰਨੀ ਕੁ ਹੁੰਦੀ ਸੀ ਦੇਖੋ ਜਿਹੜਾ ਮੇਨ ਪੁਰਾਣਾ ਸਕੂਲ ਸੀ ਉਸ ਵੇਲੇ ਅਸੀਂ 800 ਬੱਚਾ ਸੁਣਦੇ ਹੁੰਦੇ ਸੀ 800 ਬੱਚਾ ਉਦੋਂ ਹੁੰਦਾ ਸੀਗਾ ਮਤਲਬ ਸਕੂਲ ਆਪਾਂ ਕੋਈ ਇਹ ਨਹੀਂ ਸੀਗਾ ਕਿ ਕੋਈ ਛੋਟਾ ਮੋਟਾ ਸਕੂਲ ਸੀ ਸਕੂਲ ਦਾ ਇੱਕ ਸਟੇਟਸ ਸੀਗਾ ਲੋਕ ਪੜ੍ਹਨ 'ਚ ਰੁਤਬਾ ਮਹਿਸੂਸ ਕਰ 800 ਸੀਗਾ ਉਸ ਤੋਂ ਬਾਅਦ ਜਿਹੜਾ ਨਵਾਂ ਸਰਾਭਾ ਨਗਰ ਬਣਾਇਆ ਉਹ ਇਹਨਾਂ ਨੇ ਚਾਲੂ ਕੀਤਾ ਨਹੀਂ ਕੀਤਾ ਉਹ ਨਾ ਮੈਂ ਇੰਨਾ ਇੰਟਾ 'ਚ ਨਹੀਂ ਹੈ ਪਰ ਇਹ ਹੈ ਕਿ ਉੱਥੇ ਵੀ ਬੱਚੇ ਹੋਣਗੇ ਉਹ ਐਡੀਸ਼ਨ ਟੂ 800 ਹੀ ਅਤੇ ਪ੍ਰਾਈਮਰੀ 'ਚ ਵੀ ਤੁਸੀਂ ਕਹਿ ਰਹੇ ਸੀ ਇਨਫੈਕਟ ਇਸ ਸਕੂਲ ਦੀ ਇੱਕ ਹੋਰ ਬੜੀ ਅੱਛੀ ਸ਼ਾਨ ਸੀ ਕਿ ਕਈ ਬੱਚੇ ਜਿਹੜੀ 8ਵੀਂ ਕਲਾਸ ਤੋਂ ਬਾਅਦ ਕੌਨਵੈਂਟ ਸਕੂਲ ਵਗੈਰਾ ਤੋਂ ਵੀ ਹੀ ਬੱਚਿਆਂ ਦੇ ਪੇਰੈਂਟਸ ਪ੍ਰੈਫਰ ਕਰਕੇ ਲਾਸਟ ਦੇ 2 ਸਾਲ ਨਿਊ ਹਾਈ ਸਕੂਲ 'ਚ ਹੀ ਲਗਵਾਉਂਦੇ ਸੀ ਉਹਦਾ ਕੋਈ ਖਾਸ ਰੀਜ਼ਨ ਉਹ ਨਹੀਂ ਕਿਉਂਕਿ ਜਦੋਂ ਅਸੀਂ ਪੜ੍ਹਦੇ ਸੀ ਉਸ ਵੇਲੇ ਕਾਫੀ ਬੱਚੇ ਗੌਰਮੈਂਟ ਸਕੂਲ ਦੇ 8th ਸੈਕਸ਼ਨ 'ਚੋਂ ਆਏ ਸੀ ਜਿਹੜੇ ਸਾਡੇ ਨਾਲ ਹੁਣ ਵੀ ਕਈ ਉਹਨਾਂ 'ਚੋਂ ਇਨ ਟੱਚ ਹੈਗੇ ਆ ਓਕੇ ਅਤੇ ਬਾਕੀ ਸਰ ਜਿਵੇਂ ਹੁਣ ਤੁਹਾਨੂੰ ਅੱਜ ਪਤਾ ਲੱਗਿਆ ਕਿ ਤੁਹਾਡਾ ਸਕੂਲ ਨਹੀਂ ਹੈ ਉਹ ਇੱਕ PG ਬਣ ਗਿਆ ਜਾਂ ਉੱਥੇ ਕੋਈ ਅਕੈਡਮੀ ਦੇ ਨਾਮ 'ਤੇ ਅਕੈਡਮੀ ਚਲਾਈ ਜਾ ਰਹੀ ਹੈ ਸੋ ਤੁਹਾਨੂੰ ਕਿੱਦਾਂ ਮਹਿਸੂਸ ਹੁੰਦਾ ਯਾਦ ਆਉਂਦੀ ਕਦੀ ਕਿ ਇਹ ਸਿਰਫ ਵੈਸੇ ਹੀ ਹੁਣ ਸਾਨੂੰ ਦੱਸਣ ਲਈ ਇੱਦਾਂ ਦਾ ਹੈ ਕਦੀ ਸਕੂਲ ਦੇ ਕੋਲੋਂ ਲੰਘੇ ਹੋ ਦੇਖੋ ਸਕੂਲ ਦੇ ਅੱਗੋਂ ਕਿਉਂਕਿ ਰੂਟ ਹੈ ਮੇਰਾ ਘਰ ਵੀ ਸਿਵਲ ਲਾਈਨ ਦੇ ਵਿੱਚ ਹੀ ਹੈ ਤੋ ਚਾਹੇ ਅਸੀਂ ਕਿਚਰੂ ਨਗਰ ਜਾਣਾ ਹੈ ਅਤੇ ਚਾਹੇ ਅਸੀਂ KVM ਵਾਲੀ ਸਾਈਡ 'ਤੇ ਜਾਣਾ ਤਾਂ ਸਾਨੂੰ ਸਕੂਲ ਕ੍ਰੋਸ ਕਰਨਾ ਹੀ ਪੈਂਦਾ ਪਰ ਸਕੂਲ ਦੀ ਕਿਉਂਕਿ ਲੁੱਕ ਫਰੰਟ ਤੋਂ ਉੱਦਾਂ ਹੀ ਬੋਰਡ ਲਾਇਆ ਹੋਇਆ ਅਸੀਂ ਕਹਿੰਦੇ ਸ਼ਾਇਦ ਮੇਨਟੇਨ ਨਹੀਂ ਕੀਤਾ ਜਾਂ ਰੰਗ ਨਹੀਂ ਕੀਤਾ ਪਰ ਸਕੂਲ ਉੱਥੇ ਹੈ ਔਰ ਜਿੱਦਾਂ ਉਹਦੇ ਬਾਹਰ ਕੁਲਚੇ ਚਨੇ ਵਾਲਾ ਉਹ ਤਾਂ ਚਲੋ ਹੁਣ ਨਹੀਂ ਰਿਹਾ ਉਹਦਾ ਅੱਗੇ ਲੜਕਾ ਹੋਣਾ ਜਾਂ ਕੋਈ ਹੋਣਾ ਉਹਦੇ ਕੋਲ ਵੀ ਰਸ਼ ਹੁੰਦਾ ਤਾਂ ਅਸੀਂ ਇਹੀ ਸੋਚਦੇ ਸ਼ਾਇਦ ਬੱਚਿਆਂ ਦਾ ਰਸ਼ ਹੈ ਜਾਂ ਉਹਨਾਂ ਨੂੰ ਕੋਈ ਪੇਰੈਂਟਸ ਮਿਲਣਾ ਰਿਹਾ ਬਿਲਕੁਲ ਜਿਵੇਂ ਛੁੱਟੀ ਵੇਲੇ ਛੁੱਟੀ ਵੇਲੇ ਕਿਉਂਕਿ ਜੇ ਲੰਚ ਟਾਈਮ 'ਚੋਂ ਨਿਕਲੀਏ ਜਾਂ ਉੱਦਾਂ ਨਿਕਲੀਏ ਪਰ ਐਜ ਸੱਚ ਨੌਲੇਜ 'ਚ ਨਹੀਂ ਆਇਆ ਕਿਉਂਕਿ ਨਾ ਕਿਸੇ ਪੇਪਰ ਨੇ ਕਵਰ ਕੀਤਾ ਨਾ ਕਿਸੇ ਪੁਰਾਣੇ ਐਸੋਸੀਏਟ ਨੇ ਦੱਸਿਆ ਕਿ ਸਕੂਲ ਨਹੀਂ ਹੈ ਹੁਣ ਉੱਥੇ ਸਿਰਫ PG ਹੀ ਖੁੱਲ੍ਹ ਗਿਆ ਹੈ ਉਦੋਂ ਜਿਵੇਂ ਤੁਹਾਡੇ ਫਾਦਰ ਸਾਹਿਬ ਉਹਦੇ ਮੈਂਬਰ ਰਹੇ ਕਿ ਸਾਨੂੰ ਦੱਸੋਗੇ ਕਿ ਹੋਰ ਕੌਣ ਕੌਣ ਮੈਂਬਰ ਰਹੇ ਸੀਨੀਅਰ ਦੇ ਵਿੱਚੋਂ ਦੇਖੋ ਪਹਿਲਾ ਮੈਂਬਰ ਜਿਹੜੀ ਮੈਨੇਜਮੈਂਟ ਕਮੇਟੀ ਸੀ ਉੱਥੇ ਦੀਵਾਨ ਸਾਹਿਬ ਹੁੰਦੇ ਸੀ ਮੰਡਲ ਸਾਹਿਬ ਹੁੰਦੇ ਸੀ ਸ਼੍ਰੀ ਬਲਰਾਜ ਕੁਮਾਰ ਜੀ ਹੁੰਦੇ ਸੀ ਮੇਰੇ ਫਾਦਰ ਹੁੰਦੇ ਸੀ OP ਬਾਂਸਲ ਹੁੰਦੇ ਸੀ ਇੱਦਾਂ 3-4 ਮੈਂਬਰ ਹੋਰ ਹੁੰਦੇ ਸੀ ਜਿਹੜੇ ਕੋਈ ਪ੍ਰੋਫੈਸ਼ਨਲ ਵੀ ਸੀ ਜਾਂ ਕੋਈ ਬਿਜ਼ਨਸ ਵਾਲੇ ਸੀ ਪੋਲੀਟੀਕਲ ਵੀ ਸੀ ਸੋ ਇਸ ਕਰਕੇ ਕਾਫੀ ਸਟਰੋਂਗ ਸੀਗੇ ਉਸ ਤੋਂ ਬਾਅਦ ਇੱਕ ਸਬ ਕਮੇਟੀ ਵੀ ਜਿੱਦਾਂ ਹੁੰਦੀ ਸੀ ਅਤੇ ਕਈ ਬੱਚੇ ਇੰਡਸਟਰੀਅਲਿਸਟਾਂ ਦੇ ਸੀ ਅਤੇ ਇਹ ਕਮੇਟੀ ਵਾਲੇ ਉਹਨਾਂ ਦੇ ਨਾਲ ਵੀ ਮੇਲ ਮਿਲਾਪ ਰੱਖਦੇ ਸੀਗੇ ਚਾਹੇ ਉਹ ਸਾਲ ਦਾ ਐਨੂਅਲ ਦਾ ਹੋਵੇ ਜਾਂ ਕੁਛ ਹੋਵੇ ਤੋ ਉਹਦੇ ਇਲਾਵਾ ਵੀ ਜਿੱਥੇ ਤੁਸੀਂ ਕਿਹਾ ਜੀ ਫਾਈਨੈਂਸ਼ੀਅਲ ਪ੍ਰੋਬਲਮ ਸੀ ਫਾਈਨੈਂਸ਼ੀਅਲ ਪ੍ਰੋਬਲਮ ਇਸ ਕਰਕੇ ਵੀ ਨਹੀਂ ਸੀਗੀ ਕਿਉਂਕਿ ਇਸ ਫੈਕਟਰੀ ਨੂੰ ਐਸ ਚੰਦਾ ਵੀ ਆ ਜਾਂਦਾ ਸੀ ਕੋਈ ਇੰਡਸਟਰੀਅਲਿਸਟ ਦਿੰਦਾ ਸੀ ਕੋਈ ਕਿਸੇ ਨਾ ਕਿਸੇ ਪਾਸਿਓਂ ਇਹਨਾਂ ਨੂੰ ਫਾਈਨੈਂਸ਼ੀਅਲੀ ਪ੍ਰੋਬਲਮ ਕਦੀ ਨਹੀਂ ਆਈ ਸੀ ਸਰ ਤੁਸੀਂ ਅੱਜ ਵੀ ਇੱਕ ਕਾਰਪੋਰੇਟ ਹਾਊਸ ਤੋਂ ਹੋ ਔਰ ਪਰਿਵਾਰ ਦਾ ਤਾਂ ਵੈਸੇ ਹੀ ਜੁੜਾਵ ਰਿਹਾ ਇਸ ਸੰਸਥਾ ਨਾਲ ਸਿੱਖਿਆ ਸੰਸਥਾ ਨਾਲ ਮੈਂ ਇਹ ਪੁੱਛਣਾ ਚਾਹਾਂਗਾ ਕਿ ਤੁਹਾਨੂੰ ਲੱਗਦਾ ਅੱਜ ਦੇ ਟਾਈਮ 'ਚ ਮਤਲਬ ਜਦੋਂ ਲੋਕ ਸਕੂਲ ਨੂੰ ਐਜ਼ ਏ ਬਿਜ਼ਨਸ ਅਡੋਪਟ ਕਰ ਰਹੇ ਹੈ ਲੋਕ ਸਕੂਲ ਖੋਲ੍ਹ ਰਹੇ ਹੈ ਠੀਕ ਹੈ ਅਤੇ ਇੱਕ ਧਰੋਹਰ ਜਿਹੜੀ ਕਿਉਂਕਿ ਤੁਸੀਂ ਲੋਕ ਉਦੋਂ ਪੜ੍ਹੇ ਸੀਗੇ ਮੇਰੇ ਖਿਆਲ 70 ਦੀ ਉਦੋਂ ਦੀਆਂ ਗੱਲਾਂ ਹੈਗੀਆਂ ਹਾਂ ਉਦੋਂ ਦੀ ਗੱਲਾਂ ਅਤੇ ਕੀ ਐਡਾ ਪੁਰਾਣਾ ਸਕੂਲ ਇੱਦਾਂ ਹੀ ਬੰਦ ਹੋ ਜਾਣਾ ਚਾਹੀਦਾ ਸਕੂਲ ਨਹੀਂ ਬੰਦ ਹੋਣਾ ਚਾਹੀਦਾ ਜੀ ਉਹ ਸੁਣ ਕੇ ਤਾਂ ਬਹੁਤ ਦੁੱਖ ਲੱਗਿਆ ਜੀ ਔਰ ਇਨਫੈਕਟ ਜਿੱਦਾਂ ਮੈਨੂੰ ਪਤਾ ਲੱਗਿਆ ਔਰ ਮੇਰੇ ਹੋਰ ਸਾਥੀਆਂ ਨੂੰ ਜਾਂ ਹੋਰ
पुराने पढ़े हुए स्कूल के जिहड़े स्टूडेंट है उन्होंने भी उदा ही दुख होगा जिदा मैनू होगा, क्योंकि हर बंदे की पुरानी यादाश है जब तक उम्र हैगी कि बहने कि करते जो स्कूल की गल होगी तो हूँ की कहे हम अज बैठे पुरानी गल भी करते जो कोई पुराना दोस्त कभी मिल भी जाता है तो हूँ की करिए वाला स्कूल से है जिथे हूँ स्कूल नहीं रहा एक एक बहुत बड़ा कलंक है। ठीक है, तुसी की चाहते हो कि बेसिकली ये स्कूल जिवें तुसी कहा कि ये बिल्कुल दुर्भाग्यवश है कि ये बंद नहीं होना चाहिए था। सो आज दे टाइम जो तुसी सारे दोस्तों हुण जिवें तुहाडे थ्रू शायद तुहाडे सारे बाकी कुलीग्स नूं भी पता लग जाएगा या पता लग चुका होएगा, सो तुहाडे हिसाब नाल की होना चाहिए इत्थे? देखो स्कूल की पहला तो बरीकी देखनी चाहिए कि ऐसे हालात किहड़े होए है जिहदे करके इहनूं कमर्शियल दे विच लै गए इंस्टेड ऑफ स्कूल दे विच, क्योंकि एजुकेशन लिए तो अज एक इंडस्ट्री भी बन चुकी है। बिल्कुल ठीक है, क्योंकि ये स्कूल एज इंडस्ट्री नहीं अगर चलता सी, ये सोसाइटी चलाती सी। जिस वेले असी पढ़ते बड़ी इकोनॉमिकल जी इहदी फीस भी हुंदी सी कि जे फाइनैंशली प्रॉब्लम हुंदी कभी फीस दे भी सानूं 5 रुपए भी नहीं बताए जी। जदों मैं एक चीज़ होर पूछना चाहवांगा उदों इहदे पैरेलल ही होर किहड़ा किहड़ा स्कूल चलता सीगा? देखो नंबर वन स्कूल दी न्यू हाई स्कूल सी, इहदी एडमिशन लिए काफ़ी ऑफिसर रैंक तो या होर बड़े बड़े तो सिफारशां बहुत आंदियां सी। उस तो बाद भी इंटरव्यू लैके ही बच्चे नूं रखदे सी। सैकेंड उस वेले क्योंकि गौरमेंट स्कूल नहीं सीगा और एडा बड़ा नहीं बनिया सी ते KVM दा नाम भी होता सी। मैं यही पूछना चाहुंदा सीगा कि उस टाइम KVM स्कूल भी सी उदों न्यू हाई स्कूल भी सीगा, इह जे KVM स्कूल अज भी उन्ना ही स्ट्रोंग और स्ट्रेंथ वाइज वधदा फुलदा जा रहा है। ठीक है, यह जे तुहानू लगता है यह जे कभी हालात हो सकते हैं कि स्कूल नू बंद करना पै जाए, मतलब जबकि जेड़ा नंबर वन ते सीगा स्कूल तो अज गवर्नमेंट स्कूल जिथे सरकार गवर्नमेंट स्कूल नू भी हाईटेक कर रही हैं एजुकेशन वधा रही हैं उत्थे अज दे टाइम च इन्ना लैगसी वाला स्कूल वो शहर दे विच एवें ही बंद हो जाए? देखो जिथे तक न्यू हाई स्कूल की गल है फस्ट प्रैफरेंस हमेशा न्यू हाई स्कूल की सी जी। उस वेले KVM की प्रैफरेंस इस तो न्यू हाई स्कूल तो बाद गई नहीं होती सी। ये स्कूल अज सुन के कि बंद हो गया है उस वक्त KVM का तो असं सुन ही रहे कि उन्हें ईयर बाय ईयर हर साल दे विच कुछ ना कुछ बैटरमेंट करके अपना नाम जिहड़ा मेनटेन किया और स्टिल मेनटेन कर रहे हैं तो वो पैरेलली तद तक कॉन्वेंट स्कूल भी पूरा बिल्ट हो गया सीगा। तो उन्होंने अपनी ब्रांचेज अलग खोलती हैं क्योंकि स्ट्रेंथ उन्होंने बच्चों की बहुत ज़्यादा सी। फिर गवर्नमेंट मॉडल स्कूल भी है हम पिछले 5 साल दे विच एक्सपेंशन होकर उत्थे भी स्टूडेंट बढ़ रहे हैं। DAV स्कूल DAV स्कूल आया, DAV स्कूल तो बाद हुण जड़ा आया है BCM स्कूल है, स्कूल उस तो बाद आए है जिहड़े ने हजे तक स्कूल खुले है बंद नहीं हुए। बंद तुसीं पहला सुने? हाँ बंद पहला सुने, क्योंकि वह कोई सुन लें जी देखो जी कॉलेज या स्कूल या यूनिवर्सिटी खोल के बंद कर दी तो वह एक अजूबा है जी। हाँ जी सर, तो स्कूल का बंद होने तुसी कितना देख रहे हो? देखो जी स्कूल तो बंद नहीं होना चाहिए जी, स्कूल तो स्कूल जरूर खुलना चाहिए क्योंकि स्कूल के नाल एजुकेशन अगे बढ़नी है और रेजिडेंशियल एरिए इदा दी जगह स्कूल खुलना एक बहुत बड़ी सहूलत है। उस इलाके दे लोकां लई इलाके लई बहुत है, इलाके नेड़े क्योंकि स्कूल जिहड़ी नवें खुल रहे हैं बहुत अच्छे स्कूल है पर थोड़े डिस्टेंस है, उन्हां दी भी स्टडी अच्छी है। न्यू हाई स्कूल की तो शुरू तो स्टडी मनी गई है जी, बिल्कुल ठीक है। इस करके स्कूल तो जरूर खुलना चाहिए तो खास करके कह लो अज के टाइम से जदों अज भी नवंबर दिसंबर आते ही बच्चे माँ प्यो भजदे है कि सानू एडमिशन मिले अच्छा इंस्टीट्यूट है, तो शहर के मेन प्रीमियम इलाके प्रीमियम इलाके च है। देखो तुसी हुण आपां बैठे हैं जनवरी के विच, तुसी देख लो माँ बाप चाहे करफ्यू से या लॉकडाउन से बच्चे तो देखो जिन्हें दे पढ़ने के लिए हम तैयार हो रहे उन्होंने तो फिक्र नवंबर दिसंबर तो ही पिया हुआ है ना, क्योंकि जिन्हें वक्त के एडमिशन होंगी है और फिर भी ये है कि फिर भी हर देखो माँ बाप अपने बच्चे नूं अच्छी एजुकेशन देना चाहता है पर फिर भी साढ़े लुधियाने इन्ने स्कूल है नहीं जिहड़े सारे बच्चे नूं अकोमोडेट कर लैन और इहो जिहा स्कूल जिहड़ा ऑलरेडी एग्जिस्ट करता सीगा तो एक बहुत वड्डी ये बेनीफिट पेरेंट्स लिए भी है और एजुकेशन सेंटर जिहड़ा है वो बच्चा मेनटेन रहना चाहिए और चलते रहना चाहिए। बाकी ये स्कूल की तुसी पुरानी हिस्ट्री देखो एजुकेशन यदि इन्नी अच्छी सी इत्थे दे पढ़े देखो कोई मिनिस्ट्रियां च है कोई फॉरन च है कोई बहुत वड्डे वड्डे कारपोरेट्स है कि तुसी इहदी
पिछों सारी हिस्ट्री देखो तो किन्ना इत्थे दा पढ़िया है बच्चा किथे किथे बैठा है। हाँ अच्छ घटो घट लुधियाने की गल करिए 80% कारपोरेट हाउस उत्थे दे पढ़े बच्चे ही है क्योंकि स्कूल बेस्ट यही होंगे सी। बिल्कुल सही गल, जिहड़े हुण साडी उम्र दे विच आ लो जां साडे तों 3 साल 4 साल पहले भी लै लो तो मैक्सीमम तुहानूं लुधियाने दे विच 70-80% जिहड़े एग्जिस्ट हजे भी करदे तो देखोगे 10-15% इत्थों बाहर गए होंगे जिन्हां ने भी जाके अपना नाम बनाया कोई फॉरन कंट्रीज है कोई सेंटर च बैठा है कोई मिनिस्ट्री बैठा है। और न्यू हाई स्कूल दे तां मैनू ही पिछले 1.5 साल पहला एक अपना दोस्त मिलिया वो आर्मी च। वेरी गुड। हाँ तो आर्मी हजे भी साडे नाल इन टच है कि हुण भी असी मेरे ख्याल सारे दोस्त यार असी 40 साल बाद मिले सीगे तो 40 साल बाद साडे रीयूनियन हुई है तो इन्ने सालों के बाद होने के बावजूद भी लड़कियाँ सी असी सी 70-75 बंदे असी इकट्ठे हुए सी। वेरी गुड सर। सर सब फाइनली तुसी फिर प्रशासन नू की मांग करोगे कि ये स्कूल दोबारा चलना चाहिए थे एज ए तुसी जेड़ा कि खुद इस परिवार ने बड़ा सींचया कह लो स्कूल नू योगदान पाया तो तुसी की चाहोगे कुछ एफर्ट करोगे स्कूल दोबारा शुरू? देखो जी ये स्कूल हो खुलना चाहिए वो कोई भी चीज़ या कोई भी तरह से टोटल एफर्ट करने तैयार है असी और जो सारे दोस्त यार कट्ठे हुए हैं न्यू हाई स्कूल दे मैं समझना सारे सपोर्ट करूँगे। ठीक है सर। और संदीप जी थोड़ा मैं ये कह रहा कि साढ़े जो भी नैक्सट असी सारे स्कूल वाले कभी मिलते हैं तकरीबन साल बाद मिलते होंगे हैं वह भी क्योंकि दूजा साल है तो 1.5 साल हो सू मिले तो असं एक कोशिश की कि हर साल जरूर मिले करिए जिसे कोई जलंधर तो आता है कोई दिल्ली तो आता है। हाँ इस करके क्योंकि बाहरों आन करके असं साल एक दिन रखते हैं तो मैं संदीप जी कोशिश करूँगा कि जो आन तो मैं थोड़ा इन्फॉर्म है थोड़ा उन्होंने भी मिलाऊंगा तुम उन्होंने भी विचार लो स्कूल बारे मेरे हिसाब के नाल थोनू मेरे वर्गे ही विचार क्योंकि जड़ा उत्थे पढ़िया है जड़ा उहदे नाल टच रहा है उहदी फीलिंग्स मेरे वर्गी ही हो। बिल्कुल सर। थैंक यू सर। थैंक यू सर। तो दोस्तों ये सीगे धवन साहब जिन्होंने दसिया कि किदां उस स्कूल दे पढ़े जिहड़े बच्चे हैगे आ अज किथे किथे तक मिनिस्ट्री तक भी बैठे है ते हर बच्चा हर स्टूडेंट जिहड़ा इन्हां दा हर कुलीग है चाहे इन्हां दा कुलीग है चाहे इन्हां तों सीनियर सी या जूनियर भी सी जो भी है वह यही चाहता होगा कि उहदा स्कूल जिहड़ा अज अस्तित्व की लड़ाई लड़ रहा है वह स्कूल दोबारा शुरू हो जाए तो इदां ही तुहानूं होर भी चीज़ां नाल जाणू करवाते रहांगे। देखते रहो बने रहो जन हितैषी। धन्यवाद।